ਤੇਰੇ ਦਰ ਤੇ ਆ ਦੇਖਾਂ, ਇੱਕ ਦੇਖਾਂ ਰੌਣਕ ਕਾਬੇ ਦੀ, ਦੂਜਾ ਮਦਨੀ ਸਾਈਂ ਦਾ ਦਰ ਦੇਖਾਂ। ਜਿਵੇਂ ਲੋਕ ਉਮਰਾ ਕਰੇਂਦੇ ਹਨ, ਉਵੇਂ ਮੈਂ ਵੀ ਉਮਰਾ ਕਰ ਦੇਖਾਂ। ਮਤਲਬ ਬਖਸ਼ਿਸ਼ ਸ਼ਾਕਿਰ ਥੀ ਪੋਵੇ, ਤੇਰੇ ਯਾਰ ਦੇ ਦਰ ਤੇ ਮਰ ਦੇਖਾਂ। ਬਾਦਬ ਮਹਿਫਿਲ ਕੁਮ ਬਾਦਬ ਰਾਫਿਆ ਮਲਿਕ ਦਾ ਸਲਾਮ, ਔਰ ਦੀਵਾਨਾ ਬਲੋਚ ਸਾਹਿਬ ਕੋ ਮੇਰੀ ਤਰਫ ਕੋਲ ਖਰਾਜ ਤਹਿਸੀਨ। ਕੈਦ ਇਲਾਮਾ ਇਕਬਾਲ ਤੋਂ ਹਨ ਕਿ ਜਿੰਨੇ ਵੀ ਸ਼ਾਇਰ ਹਨ ਪੈ ਮਾਸ਼ਾਅੱਲਾ, ਉਹਨਾਂ ਦਾ ਨਾਂ ਹੀ ਦੁਨੀਆਂ ਤੋਂ ਤੇ ਆਉਂਦੇ, ਲੇਕਿਨ ਯਕੀਨ ਕਰੋ ਕਿ ਸਰਾਇਕੀ ਸ਼ਾਇਰੀ ਦੀ ਗਾ ਮਿਸਾਲ ਇਹ ਦੁਨੀਆਂ 'ਤੇ ਨਹੀਂ ਮਿਲਣੀ। ਇਹਨਾਂ ਦੀ ਸਰਾਇਕੀ ਸ਼ਾਇਰੀ ਦੀ ਕਦਰ ਨਹੀਂ ਥੀਂਦੀ, ਇਹ ਗੱਲ ਦਾ ਮੇਰੇ ਕੋਲ ਬੜਾ ਰੰਝ ਹੈ। ਕਮ ਅਜ਼ ਕਮ ਇੱਕ ਗੱਡੀ ਤੋਂ ਉੱਤੇ ਆਵੇਨ, ਇੱਕ ਘਰ ਹੋਵੇ ਗੌਰਮੈਂਟ ਦੀ ਤਰਫ ਕੋਲ, ਮਗਰ ਇਹ ਸਾਰੇ ਸਰਾਇਕੀ ਸ਼ਾਇਰਾਂ ਨਾਲ ਬੜੀ ਵਧਾ ਜ਼ੁਲਮ ਔਰ ਜ਼ਿਆਦਤੀ ਹੈ। ਇਹਦੇ ਵਾਸਤੇ ਮੈਂ ਇਹਤਜਾਜ ਕਰੇ ਸਾਂ। ਅਤੇ ਸ਼ਾਹਿਦ ਭਾਈ, ਮੈਂ ਤੁਹਾਨੂੰ ਇੱਕ ਗੱਲ ਆ ਸਕੂ ਸਾਦੇ ਪੈ, ਵੱਡੀ ਭੈਣ ਜਿਹੜੇ ਵੇਲੇ ਵਸੇਬ ਦੀ ਇੱਕ ਧੀ ਭੈਣ ਮਾਂ ਖੜੀ ਥੀਂਦੀ ਹੈ, ਤਾਂ ਵੱਲ ਉਹ ਆਪਣਾ ਹੱਕ ਨਹੀਂ ਛੁੜੇਂਦੀ। ਔਰ ਮੈਂ ਵੀ ਇਨਸ਼ਾਅੱਲਾ ਆਪਣੇ ਵਸੇਬ ਦੇ ਸੂਬੇ ਦੇ ਕਯਾਮ ਤੱਕ ਇਹ ਵਸੇਬ ਦੇ ਨਾਲ ਖੜੀ ਹਾਂ ਔਰ ਜੁੜੀ ਖੜੀ ਹਾਂ, ਆਪਣਾ ਹੱਕ ਗਿਣ ਕੇ ਰਾਸੋਂ। ਸ਼ੁਕਰੀਆ।